ਤੁਹਾਡੀ ਹੋਸਟ ਪ੍ਰਭਸਿਮਰਨ ਕੌਰ ਤੁਹਾਡਾ ਅੱਜ ਦੇ ਸ਼ੋਅ ਦੇ ਵਿੱਚ ਬਹੁਤ ਸਵਾਗਤ ਕਰਦੀ ਹਾਂ। ਅੱਜ ਅਸੀਂ ਗੱਲਬਾਤ ਕਰਾਂਗੇ ਕੈਨੇਡਾ, ਯੂਕੇ ਅਤੇ ਜਰਮਨੀ ਦੀ। ਸਾਡੇ ਨਾਲ ਜਿਹੜੇ ਐਕਸਪਰਟ ਮੌਜੂਦ ਨੇ, ਜਿਹੜੀ ਇਨਫੋਰਮੇਸ਼ਨ ਸਾਨੂੰ ਦੇਣ ਦੇ ਲਈ ਆਏ ਨੇ, ਉਹ ਨੇ ਮਿਸਟਰ ਜਸਮੀਤ ਸਿੰਘ ਫਰੋਮ ਲੈਂਡਮਾਰਕ ਇਮੀਗ੍ਰੇਸ਼ਨ ਸਾਡੇ ਨਾਲ ਗੱਲਬਾਤ ਕਰਨਗੇ। ਉਹ ਲੇਟੈਸਟ ਅਪਡੇਟਸ ਬਾਰੇ, ਰਿਜੈਕਸ਼ਨ ਸਕੈਪਸ ਬਾਰੇ, ਡਿਊਲਿੰਗੋ ਟੈਸਟ ਬਾਰੇ ਗੱਲਬਾਤ ਕਰਨਗੇ, ਔਨਲਾਈਨ ਆਇਲਸ ਟ੍ਰੇਨਿੰਗ ਬਾਰੇ ਗੱਲਬਾਤ ਹੋਏਗੀ। ਸਤਿ ਸ਼੍ਰੀ ਅਕਾਲ ਸਰ, ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਕੈਨੇਡਾ ਦੀ ਗੱਲ ਕਰ ਲੈਂਦੇ ਹਾਂ, ਕੁਛ ਲੇਟੈਸਟ ਅਪਡੇਟਸ ਬਾਰੇ ਕੁਛ ਤੁਸੀਂ ਦੱਸਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਸਰ, ਜਿਵੇਂ ਕਿ ਕੈਨੇਡਾ ਨੇ 1 ਜੁਲਾਈ ਨੂੰ ਨਿਊਜ਼ ਦਿੱਤੀ ਸੀ ਕਿ ਜਿਹੜੇ 30 ਸਤੰਬਰ ਤੱਕ VFS ਬੰਦ ਰਹੇਗਾ, ਪਰ ਉਹਦੇ ਨਾਲ ਸਾਰੇ ਸਟੂਡੈਂਟਸ ਨੂੰ ਇਹ ਜ਼ਰੂਰ ਕਿਹਾ ਗਿਆ ਸੀ ਕਿ ਆਪਣੀਆਂ ਜਿਹੜੀਆਂ ਫਾਈਲਸ ਹੈਗੀਆਂ ਉਹ ਆਨਲਾਈਨ ਲਾਈਆਂ ਜਾਣ। ਸੋ ਜਿੰਨੇ ਵੀ ਸਟੂਡੈਂਟਸ ਹੈਗੇ ਆ ਜਿਹੜੇ ਫੀਸ ਭਰ ਚੁੱਕੇ ਨੇ ਔਰ ਜਿਹੜੇ ਸਟੂਡੈਂਟਸ GIC ਦਾ ਅਮਾਊਂਟ ਪੇ ਕਰ ਚੁੱਕੇ ਨੇ, ਮੈਂ ਉਹਨਾਂ ਸਾਰਿਆਂ ਸਟੂਡੈਂਟਸ ਨੂੰ ਐਡਵਾਈਸ ਕਰਨਾ ਚਾਹਾਂਗਾ ਕਿ ਆਪਣੀਆਂ ਫਾਈਲ ਤੁਸੀਂ ਲੌਜ ਕਰੋ। ਸੋ ਕਾਫੀ ਸਾਰੇ ਸਟੂਡੈਂਟਸ ਸਾਨੂੰ ਫੋਨ ਕਰਦੇ ਨੇ ਕਿ ਮੈਂ GIC ਭਰਿਆ ਹੋਇਆ, ਕਾਲਜ ਫੀਸ ਭਰੀ ਹੋਈ ਹੈ, ਬਟ ਮੈਂ ਆਪਣੀ ਫਾਈਲ ਨਹੀਂ ਲੌਜ ਕੀਤੀ। ਸੋ ਮੈਂ ਸਾਰੇ ਸਟੂਡੈਂਟਸ ਨੂੰ ਇਹੀ ਗਾਈਡ ਕਰਨਾ ਚਾਹਾਂਗਾ ਕਿ ਅਸੀਂ ਆਪਣੀਆਂ ਫਾਈਲਾਂ ਲੌਜ ਕਰੀਏ, ਨਾ ਕਿ ਹੋਲਡ ਰੱਖੀਏ। ਸੋ ਬਹੁਤ ਸਾਰੇ ਸਟੂਡੈਂਟਸ ਨੂੰ ਕਨਫਿਊਜ਼ਨ ਹੈਗੀ ਹੈ ਕਿ ਅਸੀਂ ਫਾਈਲ ਲੌਜ ਕਰੀਏ ਕਿ ਹੋਲਡ ਰੱਖੀਏ। ਸੋ ਇਹ ਬਹੁਤ ਵੱਡੀ ਕਨਫਿਊਜ਼ਨ ਬਣਦੀ ਜਾ ਰਹੀ ਹੈ। ਕਾਫੀ ਸਟਾਰੇ ਸਟੂਡੈਂਟਸ ਪੈਨਿਕ ਹੈਗੇ ਆ ਕਿ ਉਹਨਾਂ ਦੀਆਂ ਫਾਈਲਸ ਜਿਹੜੀਆਂ ਹੈਗੀਆਂ ਫੈਬਰੀ ਮਾਰਚ ਤੋਂ ਰਿਜ਼ਲਟਸ ਨਹੀਂ ਆਏ। ਸੋ ਮੈਂ ਉਹਨਾਂ ਸਾਰੇ ਸਟੂਡੈਂਟਸ ਨੂੰ ਇਹੀ ਗਾਈਡ ਕਰਨਾ ਚਾਹਾਂਗਾ ਕਿ ਦਿਸ ਮੰਥ ਰਿਜ਼ਲਟਸ ਆਰ ਐਕਸਪੈਕਟਡ ਐਂਡ ਤੁਹਾਡੇ ਜ਼ਰੂਰ ਆਉਣੇ ਸ਼ੁਰੂ ਹੋ ਜਾਣਗੇ। ਸੋ ਦੇਰ ਵਾਸ ਐਨ ਅਪਡੇਟ ਟੂ ਚਾਈਨਾ ਫਰੋਮ ਕੈਨੇਡਾ ਹਾਈ ਕਮਿਸ਼ਨ ਦੈਟ ਕਿ ਜਿਹੜੇ ਵੀ ਸਟੂਡੈਂਟਸ ਹੈਗੇ ਜਿਹੜੇ 18 ਮਾਰਚ ਤੋਂ ਪਹਿਲਾਂ ਗਏ ਸੀ ਉਹਨਾਂ ਨੂੰ ਬਿਲਕੁਲ ਪੈਨਿਕ ਕਰਨ ਦੀ ਲੋੜ ਨਹੀਂ ਹੈਗੀ, ਔਰ ਇੰਡੀਅਨ ਸਟੂਡੈਂਟਸ ਵੀ ਜਿਹੜੇ 18 ਮਾਰਚ ਤੋਂ ਪਹਿਲਾਂ ਜਿਨ੍ਹਾਂ ਦੇ ਵੀਜ਼ੇ ਲੱਗ ਕੇ ਆਏ ਨੇ ਉਹ ਟਰੈਵਲ ਕਰ ਸਕਦੇ ਨੇ ਕੈਨੇਡਾ। ਬਟ ਉਹਨਾਂ ਨੂੰ ਦੋ ਚੀਜ਼ਾਂ ਦੀ ਰਿਕੁਆਇਰਮੈਂਟ ਹੋਏਗੀ। ਵਨ ਇਜ਼ ਲੈਟਰ ਫਰੋਮ ਦ ਕਾਲਜ ਦੈਟ ਦੇਅਰ ਟਰੈਵਲ ਇਜ਼ ਅਸੈਂਸ਼ੀਅਲ, ਐਂਡ ਅਦਰ ਵਨ ਇਜ਼ ਦੇ ਨੀਡ ਅ ਲੈਟਰ ਫਰੋਮ ਕੈਨੇਡਾ ਹਾਈ ਕਮਿਸ਼ਨ ਦੈਟ ਦੇ ਵਿਲ ਈਮੇਲ ਕੈਨੇਡਾ ਹਾਈ ਕਮਿਸ਼ਨ ਦੈਟ IRCC ਵਿਲ ਟੈਲ ਦੈਮ ਦੈਟ ਯੂ ਕੈਨ ਟਰੈਵਲ ਬਿਕੋਜ਼ ਯੂਅਰ ਵੀਜ਼ਾ ਇਜ਼ ਅਪਰੂਵਡ ਬਿਫੋਰ 18th March। ਸੋ ਜਿਹੜੇ 18 ਮਾਰਚ ਤੋਂ ਪਹਿਲਾਂ ਸਟੂਡੈਂਟਸ ਦੇ ਵੀਜ਼ਾ ਅਪਰੂਵ ਹੋਏ ਹੋਏ ਆ, ਜੇ ਉਹਨਾਂ ਕੋਲ ਇਹ ਦੋ ਲੈਟਰਸ ਹੈਗੀਆਂ ਦੇ ਕੈਨ ਟਰੈਵਲ। ਕਾਲਜ ਤੁਸੀਂ ਕਹਿ ਰਹੇ ਹੋ ਲੈਟਰ ਫਰੋਮ ਕੈਨੇਡਾ ਹਾਈ ਕਮਿਸ਼ਨ? ਯੈਸ, IRCC, ਯੈਸ, ਦੇ ਨੀਡ ਟੂ ਲੈਟਰਸ। ਵਨ ਇਜ਼ ਲੈਟਰ ਫਰੋਮ ਦ ਕਾਲਜ ਮੈਂਸ਼ਨਿੰਗ ਦੈਟ ਦੇਅਰ ਟਰੈਵਲ ਇਜ਼ ਅਸੈਂਸ਼ੀਅਲ ਐਂਡ ਦੇ ਵਿਲ ਈਮੇਲ IRCC ਦੈਟ ਦੇਅਰ ਟਰੈਵਲ ਇਜ਼ ਦੇ ਹੈਵ ਗਾਟ ਦੇਅਰ ਵੀਜ਼ਾ ਅਪਰੂਵਡ ਫਰੋਮ ਬਿਫੋਰ 18th March ਐਂਡ ਦੇ ਕੈਨ ਟਰੈਵਲ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਅਪਡੇਟ ਫਾਰ ਆਲ ਦਾ ਸਟੂਡੈਂਟਸ ਹੂ ਆਰ ਲੁਕਿੰਗ ਫਾਰਵਰਡ ਟੂ ਟਰੈਵਲ ਟੂ ਕੈਨੇਡਾ। ਐਂਡ ਜਿਹੜੇ ਵੀ ਸਟੂਡੈਂਟਸ ਨੂੰ ਨਵੀਆਂ ਆਪਣੀਆਂ ਫਾਈਲਾਂ ਲਾਉਣਾ ਚਾਹੁੰਦੇ ਨੇ, ਮੈਂ ਉਹਨਾਂ ਨੂੰ ਗਾਈਡ ਕਰਾਂਗਾ ਕਿ ਤੁਸੀਂ ਆਪਣੀਆਂ ਫਾਈਲਸ ਬਿਲਕੁਲ ਜਨਵਰੀ ਇਨਟੇਕ ਲਈ ਪ੍ਰੋਸੈਸ ਕਰ ਸਕਦੇ ਹੋ, ਜਨਵਰੀ 2021 ਔਰ ਮਈ 2021, ਕਿਉਂਕਿ ਜਿਹੜਾ ਟਰਨ ਅਰਾਊਂਡ ਟਾਈਮ ਰਹੇਗਾ ਹਾਈ ਕਮਿਸ਼ਨ ਦਾ ਉਹ ਰਹੇਗਾ 3 ਤੋਂ 4 ਮਹੀਨੇ ਦਾ। ਸੋ 3 ਤੋਂ 4 ਮਹੀਨੇ ਲੱਗਣਗੇ ਵੀਜ਼ਾ ਰਿਜ਼ਲਟ ਆਉਣ ਲਈ। ਸੋ ਸਟੂਡੈਂਟਸ ਇਹ ਨਾ ਐਕਸਪੈਕਟ ਕਰਨਗੇ 30 ਦਿਨ ਦੇ ਅੰਦਰ ਅੰਦਰ ਮੇਰਾ ਵੀਜ਼ਾ ਲੱਗ ਕੇ ਆ ਜਾਏਗਾ। ਸੋ ਵੀਜ਼ਾ ਜਿਹੜਾ ਵੀਜ਼ਾ ਦਾ ਟਰਨ ਅਰਾਊਂਡ ਟਾਈਮ ਰਹੇਗਾ ਦੈਟ ਵਿਲ ਬੀ 3 to 4 months ਮਿਨੀਮਮ। ਸੋ ਜਿਹੜੇ ਵੀ ਸਟੂਡੈਂਟਸ ਆਪਣੀ ਫਾਈਲ ਲਾਉਣਾ ਚਾਹੁੰਦੇ ਨੇ ਅੱਜ ਦੀ ਡੇਟ 'ਚ, ਹੁਣ ਸੋਚ ਰਹੇ ਨੇ ਕਿ ਮੈਂ ਕਿਹੜੇ ਇਨਟੇਕ ਲਈ ਫਾਈਲ ਲਾਵਾਂ, ਮੈਂ ਉਹਨਾਂ ਨੂੰ ਗਾਈਡ ਕਰਨਾ ਚਾਹਾਂਗਾ ਕਿ ਜਨਵਰੀ ਔਰ ਮਈ ਇਨਟੇਕ ਲਈ ਆਪਣੀ ਫਾਈਲ ਲਵਾਓ। ਜੀ ਜੀ ਸਰ, ਯੂਕੇ ਦੇ ਬਾਰੇ ਵੀ ਥੋੜ੍ਹੀ ਜਾਣਕਾਰੀ ਚਾਹਾਂਗੇ। VFS ਓਪਨ ਹੋ ਗਏ ਨੇ, ਬਟ ਜਿਹੜੇ ਬੱਚੇ ਹੁਣ ਫਿਊਚਰ 'ਚ ਅਪਲਾਈ ਕਰਨਾ ਚਾਹੁੰਦੇ ਨੇ, ਬੈਠ ਕੇ ਸੋਚ ਰਹੇ ਨੇ ਫੋਰ UK, ਉਹਨਾਂ ਦੇ ਲਈ ਕੀ ਕੀ ਰਿਕੁਆਇਰਮੈਂਟਸ ਹੈ ਅਤੇ ਕੀ ਤੁਹਾਨੂੰ ਰਿਸਪੋਂਸ ਮਿਲ ਰਿਹਾ ਹੈ, ਬੱਚੇ ਅਪਲਾਈ ਕਰ ਰਹੇ ਨੇ ਫੋਰ UK? ਸੀ ਬਿਲਕੁਲ ਸੀ, UK ਜਿੰਨੀ ਕਿ ਵੱਡਾ ਜਿਹੜੇ UK ਬਹੁਤ ਵੱਡੀ ਡੈਸਟੀਨੇਸ਼ਨ ਬਣ ਸਕਦੀ ਹੈ 2020 ਵਿੱਚ, ਕਿਉਂਕਿ UK ਨੇ VFS ਖੋਲਤੇ ਆਪਣੇ 6 ਜੁਲਾਈ ਤੋਂ। ਸੋ ਬਹੁਤ ਸਾਰੀਆਂ ਯੂਨੀਵਰਸਿਟੀਜ਼ ਵਿਦਆਊਟ IELTS ਸਟੂਡੈਂਟਸ ਐਕਸੈਪਟ ਕਰ ਰਹੀਆਂ ਨੇ। ਸੋ ਸਟੂਡੈਂਟਸ ਜਿਹੜੇ ਵੀ ਬਾਹਰ ਜਾਣਾ ਚਾਹੁੰਦੇ ਨੇ, UK ਪੜ੍ਹਨ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਪਤਾ ਹੀ ਹੋਏਗਾ ਕਿ 2 ਸਾਲ ਤੱਕ ਦਾ ਵਰਕ ਪਰਮਿਟ ਮਿਲੇਗਾ ਇਫ ਦੇ ਵਿਲ ਕੰਪਲੀਟ 2 ਈਅਰਸ ਦੇਅਰ ਬੈਚਲਰ ਡਿਗਰੀ ਔਰ ਦੇਅਰ ਮਾਸਟਰਸ ਡਿਗਰੀ। ਸੋ 2 ਈਅਰਸ ਵਰਕ ਪਰਮਿਟ ਦੇ ਵਿਲ ਗੈਟ। ਸੋ ਰਾਈਟ ਨਾਓ UK ਵਿਲ ਬਿਕਮ ਵੈਰੀ ਗੁੱਡ ਡੈਸਟੀਨੇਸ਼ਨ ਫਾਰ ਸਟੂਡੈਂਟਸ ਹੂ ਲੁਕਿੰਗ ਫਾਰਵਰਡ ਟੂ ਸਟੱਡੀ, ਐਂਡ ਵਿਦਆਊਟ IELTS ਵੀ ਸਟੂਡੈਂਟਸ UK ਲਈ ਆਪਣੀਆਂ ਪ੍ਰੋਫਾਈਲਸ ਅਸੈਸ ਕਰਾ ਸਕਦੇ ਨੇ ਔਰ ਆਪਣੀਆਂ ਫਾਈਲਸ ਨੂੰ ਲੌਂਚ ਕਰ ਸਕਦੇ ਨੇ, ਖਾਸ ਕਰਕੇ ਜਿਹੜੇ ਗ੍ਰੈਜੂਏਟ ਹੈਗੇ ਆ ਔਰ ਉਹਨਾਂ ਨੇ ਜੇ ਆਪਣੀ ਗ੍ਰੈਜੂਏਸ਼ਨ
ਮੀਡੀਅਮ ਆਫ ਇਨਸਟਰਕਸ਼ਨ ਜਿਹੜੀ ਉਹਨਾਂ ਦੀ ਇੰਗਲਿਸ਼ ਹੈਗੀ ਸੀ ਤਾਂ ਉਹਨਾਂ ਨੂੰ ਆਈਲੈਟਸ ਦੀ ਕੋਈ ਲੋੜ ਨਹੀਂ ਹੈਗੀ ਆ ਉਹ ਯੂਕੇ ਵਿਦਆਊਟ ਆਈਲੈਟਸ ਪ੍ਰੋਸੀਡ ਕਰ ਸਕਦੇ ਨੇ ਸੋ ਯੂਕੇ ਬਹੁਤ ਵੱਡੀ ਡੈਸਟੀਨੇਸ਼ਨ ਹੈ ਔਰ ਯੂਕੇ ਵਿੱਚ ਸਟੂਡੈਂਟਸ ਬਿਲਕੁਲ ਅਪਲਾਈ ਕਰ ਸਕਦੇ ਆ ਆਉਣ ਵਾਲੇ ਇਨਟੇਕਸ ਲਈ ਜੀ ਸਰ ਆਪਾਂ ਕਾਲ ਲੈਨੇ ਆ ਹਾਂਜੀ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੇਸ ਪ੍ਰਦੇਸ ਤੋਂ ਗੱਲ ਕਰ ਰਹੇ ਹਾਂ ਹਾਂਜੀ ਮੈਮ ਹਾਂਜੀ ਲਾਈਵ ਹੋ ਮੈਂ ਬਿਲਕੁਲ ਬਿਲਕੁਲ ਕੁਐਸਚਨ ਪੁੱਛੋ ਨਾ ਦੱਸੋ ਹਾਂਜੀ ਮੈਂ ਮਨਵੀਰ ਸਿੰਘ ਗੱਲ ਕਰ ਰਿਹਾ ਮੈਂ ਲੁਧਿਆਣੇ ਤੋਂ ਤੇ ਮੈਨੂੰ 6 ਮਹੀਨੇ ਹੋ ਗਏ ਤੇ ਜੀ ਆਈ ਸੀ ਤੇ ਉਹ ਕੀ ਸਾਰੀ ਪੜ੍ਹਾਈ ਹੋਈ ਹੈ ਸਰ ਗੇਨ ਕਾਲਜ ਦੀ ਠੀਕ ਹੈ ਹਾਂਜੀ ਹਾਂਜੀ ਤੇ ਬਾਇਓਮੈਟ੍ਰਿਕਸ ਬਾਰੇ ਪੁੱਛਣਾ ਸੀ ਮੈਂ ਇਹਦਾ ਪਤਾ ਨਹੀਂ ਲੱਗ ਰਿਹਾ ਵੀ ਕਿੰਨਾ ਕਦੋਂ ਆਉਣਾ ਜਿਵੇਂ ਯੂਕੇ ਦਾ ਖੁੱਲ ਚੁੱਕਿਆ ਵਾ ਠੀਕ ਹੈ ਜਿਹੜੇ ਵੀ ਸਕਰੀਨ ਤੋਂ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜਿਹੜੇ ਪਲੇਟਫਾਰਮ ਤੋਂ ਦੇਖ ਰਹੇ ਹੋ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਹਾਂਜੀ ਸਰ ਸੋ ਦੇਖੋ ਸਾਨੂੰ ਪਤਾ ਹੀ ਹੋਏਗਾ ਕਿ ਬਾਇਓਮੈਟ੍ਰਿਕਸ 30 ਸਪਟੈਂਬਰ ਤੱਕ ਸ਼ਾਇਦ ਬੀਐਫਐਸ ਖੁੱਲੇ ਨਾ ਖੁੱਲੇ ਕੋਈ ਅਪਡੇਟ ਨਹੀਂ ਹੈਗਾ ਸੋ 30 ਸਪਟੈਂਬਰ ਤੱਕ ਅਪਡੇਟ ਕੀਤਾ ਸੀ ਬੀਐਫਐਸ ਨੇ ਕਿ ਕੈਨੇਡਾ ਦੇ ਬਾਇਓਮੈਟ੍ਰਿਕਸ ਨਹੀਂ ਹੋਣਗੇ ਸੋ ਜਿਹੜੇ ਵੀਜ਼ਾ ਰਿਜ਼ਲਟਸ ਹੈ ਉਹਨਾਂ ਦੀ ਆਨਲਾਈਨ ਆਉਣ ਦੀ ਸੰਭਾਵਨਾ ਹੈਗੀ ਹੈ ਵਿਦਆਊਟ ਬਾਇਓਮੈਟ੍ਰਿਕਸ ਦਿੱਤੇ ਹੋਏ ਸੋ ਜੇ ਤੁਸੀਂ ਆਪਣੀ ਜੀਆਈਸੀ ਪੇ ਕੀਤੀ ਹੋਈ ਸੀ ਫੀਸ ਪੇ ਕੀਤੀ ਹੋਈ ਸੀ ਦੇਰ ਇਜ਼ ਅ ਪੋਸਿਬਿਲਿਟੀ ਦੈਟ ਯੂ ਮਾਈਟ ਗੈਟ ਵੀਜ਼ਾ ਅਪਰੂਵਲ ਆਨਲਾਈਨ ਐਂ ਬਾਇਓਮੈਟ੍ਰਿਕਸ ਬਾਅਦ ਚ ਹੋਣ ਬਟ ਇਹਦੇ ਬਾਰੇ ਅਪਡੇਟ ਜਿਹੜਾ ਹੈਗਾ ਉਹ 19 ਜੁਲਾਈ ਨੂੰ ਆਈਆਰਸੀਸੀ ਵੱਲੋਂ ਆਏਗਾ ਕੋਈ ਨਾ ਕੋਈ ਅਪਡੇਟ ਜ਼ਰੂਰ ਆਏਗਾ ਬਟ ਹਲੇ ਸੰਭਾਵਨਾ ਇਹੀ ਹੈਗੀ ਹੈ ਕਿ ਜਿਹੜੇ ਸਟੂਡੈਂਟਸ ਨੇ ਆਪਣੀਆਂ ਫਾਈਲਸ ਲੌਜ ਕੀਤੀਆਂ ਹੋਈਆਂ ਸੀ ਉਹਨਾਂ ਨੂੰ ਆਨਲਾਈਨ ਵੀਜ਼ਾ ਅਪਰੂਵਲਸ ਮਿਲਣਗੇ ਠੀਕ ਹੈ ਹਾਂਜੀ ਆਨਲਾਈਨ ਆਈਐਲਟੀਐਸ ਬਾਰੇ ਟ੍ਰੇਨਿੰਗ ਦੀ ਗੱਲ ਕਰਨਾ ਚਾਹਾਂਗੀ ਕਿ ਜਿਹੜੇ ਬੱਚੇ ਆਨਲਾਈਨ ਆਈਐਲਟੀਐਸ ਟ੍ਰੇਨਿੰਗ ਲੈਣਾ ਚਾਹੁੰਦੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਆਪਸ਼ਨ ਹੈਗੀ ਉਹਨਾਂ ਦੇ ਲਈ ਬਿਲਕੁਲ ਸੋ ਜਿਹੜੇ ਵੀ ਸਟੂਡੈਂਟਸ ਅੱਜ ਦੀ ਡੇਟ ਚ ਪਲੱਸ 2 ਦੇ ਐਗਜ਼ਾਮਸ ਦੇ ਚੁੱਕੇ ਆ ਜਾਂ ਜਿਹੜੇ ਵੀ ਸਟੂਡੈਂਟਸ ਆਈਲੈਟਸ ਕਰਨਾ ਚਾਹੁੰਦੇ ਨੇ ਲੈਂਡਮਾਰਕ ਇਮੀਗ੍ਰੇਸ਼ਨ ਨੇ ਉਪਰਾਲਾ ਕੀਤਾ ਹੈ ਕਿ ਉਹ ਆਨਲਾਈਨ ਆਪਣੀਆਂ ਕਲਾਸਿਸ ਲਗਾ ਸਕਦੇ ਨੇ ਇੱਕ ਪੋਰਟਲ ਤਿਆਰ ਕੀਤਾ ਗਿਆ ਜਿਹਦੇ ਵਿੱਚ ਸਾਰੇ ਮੋਡਿਊਲਸ ਸਾਰੇ ਚਾਰੋਂ ਮੋਡਿਊਲਸ ਦੇ ਪੂਰੀ ਡਿਟੇਲਡ ਇਨਫੋਰਮੇਸ਼ਨ ਹੈਗੀ ਹੈ ਡਿਟੇਲਡ ਤਿਆਰੀ ਕਰ ਸਕਦਾ ਸਟੂਡੈਂਟ ਜੇ ਪੜ੍ਹਨਾ ਚਾਹੇ ਗ੍ਰੈਮਰ ਵੋਕੈਬਲਰੀ ਲਾਈਵ ਕਲਾਸਿਸ ਸਾਰਾ ਕੁਝ ਸਾਡੇ ਪੋਰਟਲ ਤੇ ਹੈਗਾ ਔਰ ਉਹਦੀ ਸਾਲ ਦੀ ਫੀਸ ਸਿਰਫ 10,000 ਰੁਪਇਆ ਪੂਰੇ ਸਾਲ ਦੀ ਜਿਹੜੀ ਫੀਸ ਰਹੇਗੀ ਸਟੂਡੈਂਟ ਨੂੰ ਉਹ 10,000 ਰੁਪਇਆ ਔਰ ਸਟੂਡੈਂਟ 24 ਘੰਟੇ ਉਸ ਪੋਰਟਲ ਤੇ ਪੜ੍ਹ ਸਕਦਾ ਪੂਰੀ ਤਿਆਰੀ ਕਰ ਸਕਦਾ ਸੈਕਸ਼ਨ ਵਾਈਜ਼ ਟੈਸਟ ਦੇ ਸਕਦਾ ਸੈਕਸ਼ਨਸ ਜਿੰਨੇ ਵੀ ਲਿਸਨਿੰਗ ਰੀਡਿੰਗ ਰਾਈਟਿੰਗ ਸਪੀਕਿੰਗ ਸੈਕਸ਼ਨਸ ਦੇ ਪੂਰੀ ਪੂਰੀ ਤਿਆਰੀ ਕਰ ਸਕਦਾ ਉਹਨਾਂ ਦੇ ਸੈਕਸ਼ਨ ਵਾਈਜ਼ ਟੈਸਟ ਦੇਗਾ ਔਰ ਮੌਕ ਟੈਸਟ ਵੀ ਦੇ ਸਕਦਾ ਹਾਂਜੀ ਜੀ ਜੀ ਕਾਲ ਲੈਣੇ ਸਰ ਹਾਂਜੀ ਹਾਂਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਦੇਸ ਪ੍ਰਦੇਸ ਲਾਈਵ ਤੋਂ ਗੱਲ ਕਰ ਰਹੇ ਹਾਂ ਕੁਐਸਚਨ ਪੁੱਛੋ ਮੈਂ ਮਨੀਸ਼ ਕੁਟ ਛੇਤਰ ਦੇ ਬੋਲ ਰਿਹਾ ਸਾਂ ਮੈਂ ਜੀ ਜੀ ਮੈਨੇ ਨਾ ਆਪਣੀ ਕੈਨੇਡਾ ਦੀ ਫਾਈਲ ਸਬਮਿਟ ਕਰ ਰੱਖੀ ਹੈ ਮੈਮ ਜੀ ਤੋਂ ਮੈਨੇ ਇਹ ਪੁੱਛਣਾ ਸੀ ਕਿ ਜੋ ਫੈਮਿਲੀ ਫਾਰਮ ਹੁੰਦਾ IMM 5645 ਉਹਦੇ ਵਿੱਚ ਮੇਰੇ ਕੰਸਲਟੈਂਟ ਨੇ ਸਿਬਲਿੰਗ ਦਾ ਨੇਮ ਸਕਿਪ ਕਰ ਦਿੱਤਾ ਉਹ ਭੁੱਲ ਗਿਆ ਲਿਖਣਾ ਤੋਂ ਕਿਵੇਂ ਐਡ ਕਰਵਾ ਸਕਦੇ ਆ ओके बिल्कुल बिल्कुल ऐड करवा सकते हैं हाँ जी बिल्कुल वो ऐड करवा सकते हैं जी बिल्कुल आप फैमिली इंफॉर्मेशन फॉर्म दोबारा भरें वेब इंक्वायरी क्रिएट करें अपनी ऑनलाइन जीसी की के साथ और अपने कंसल्टेंट को कहें कि फैमिली इंफॉर्मेशन फॉर्म वो दोबारा अपलोड कर दें जी जी ਠੀਕ ਹੈ ਜੀ ਸਰ ਹਾਂ ਜੀ ਇਹ ਤਾਂ ਗੱਲ ਹੋ ਗਈ ਹੈ ਜਿਹੜੇ ਬੱਚੇ ਕਹਿ ਰਹੇ ਸੀ ਮੇਰੇ ਉਹਨਾਂ ਦਾ ਨਾਮ ਮਿਸਿੰਗ ਹੈਗਾ ਜਿਹੜੇ ਮੇਰੇ ਰਿਲੇਟਿਵ ਦਾ ਠੀਕ ਹੈ ਇਹਦਾ ਇੱਕ ਇਲਾਜ ਹੈਗਾ ਬਟ ਜਿਹੜੇ ਬੱਚੇ ਸਰ ਰਿਫਿਊਜ਼ਲਸ ਹੈਗੇ ਰਿਜੈਕਸ਼ਨਸ ਹੈਗੇ ਨੇ ਫਰੋਮ ਕੈਨੇਡਾ ਕਹਿ ਲਓ ਜਾਂ ਦੂਸਰੀ ਕੰਟਰੀਜ਼ ਤੋਂ ਉਹਨਾਂ ਦੇ ਲਈ ਕੀ ਆਪਸ਼ਨਸ ਨੇ ਇਹ ਪ੍ਰੈਜ਼ੈਂਟ COVID-19 ਦੀ ਸਿਚੁਏਸ਼ਨ ਦੇ ਵਿੱਚ ਉਹ ਅਪਲਾਈ ਕਰ ਸਕਦੇ ਨੇ ਸੀ ਜਿਹੜੇ ਸਟੂਡੈਂਟਸ 3 ਵਾਰੀ 4 ਵਾਰੀ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਨੇ ਔਰ ਆਪਣਾ ਕੰਟਰੀ ਚੇਂਜ ਕਰਨਾ ਚਾਹੁੰਦੇ ਨੇ ਸੀ ਉਹ ਯੂਕੇ ਔਰ ਜਰਮਨੀ ਆਪਣੀ ਫਾਈਲ ਲਗਾ ਸਕਦੇ ਨੇ ਅੱਜ ਦੀ ਡੇਟ ਚ ਯੂਕੇ ਔਰ ਜਰਮਨੀ ਦੋਨੋਂ ਹੀ ਡੈਸਟੀਨੇਸ਼ਨਸ ਬਹੁਤ ਹੀ ਵਧੀਆ ਹੈਗੀਆਂ ਸਟੂਡੈਂਟਸ ਵਾਸਤੇ ਪੜ੍ਹਨ ਵਾਸਤੇ ਔਰ ਜਰਮਨੀ ਦਾ ਵੀ ਤੁਹਾਨੂੰ ਪਤਾ ਹੋਏਗਾ ਕਿ ਬੀਐਫਐਸ ਖੁੱਲ ਚੁੱਕੇ ਆ ਜਰਮਨੀ ਅੰਬੈਸੀ ਨੇ ਅਪਾਇੰਟਮੈਂਟਸ ਦੇਣੀਆਂ ਸ਼ੁਰੂ ਕਰਤੀਆਂ ਔਰ ਸਟੂਡੈਂਟਸ ਜਿਹੜੇ ਰਿਫਿਊਜ਼ਡ ਹੈ ਔਰ ਜਾਂ ਫਿਰ ਘੱਟ ਬੈਂਡ ਹੈਗੇ ਆ ਜਾਂ ਫਿਰ ਵਿਦਆਊਟ ਆਈਲੈਟਸ ਹੈਗੇ ਆ ਔਰ ਜਰਮਨੀ ਔਰ ਯੂਕੇ ਲਈ ਆਪਣੀ ਫਾਈਲ ਪ੍ਰੋਸੀਡ ਕਰ ਸਕਦੇ ਆ ਸੋ ਕਈ ਵਾਰੀ ਸਟੂਡੈਂਟ ਰਿਫਿਊਜ਼ ਹੋ ਜਾਂਦਾ ਮੈਂ ਹੁਣੇ ਵੀ ਇੱਕ ਸਟੂਡੈਂਟ ਨਾਲ ਗੱਲ ਕਰ ਰਿਹਾ ਸੀ ਤੁਹਾਡੇ ਸ਼ੋਅ ਤੋਂ ਪਹਿਲਾਂ ਕਿ 7 ਬੈਂਡ ਸੀ ਸਟੂਡੈਂਟ ਦੇ ਔਰ ਮਾਸਟਰਸ ਕੀਤੀ ਹੋਈ ਸੀ ਕੈਨੇਡਾ ਲਈ ਅਪਲਾਈ ਕੀਤਾ ਔਰ
दो बारी रिफ्यूजल का सामना करना पै गया। एक प्राइवेट कॉलेज च अप्लाई किया, अंडर ग्रेजुएट डिप्लोमा च अप्लाई किया और रिफ्यूजल का सामना करना पै गया। जे तुसी भी इदा की कोई प्रॉब्लम हुई है तुहाडे नाल कि तुसी तुहानू कोर्स सही तरीके गाइड नहीं किया गया, तुहानू किसी प्राइवेट कॉलेज च गाइड किया गया और तुहानू रिफ्यूजल का सामना करना पै, सो तुसी अपनी रीफाइलिंग करो एक सरकारी कॉलेज च, एक अच्छे कोर्स विच जिहदे विच तुहाडे वीजा आउण की संभावना होए। राइट सर, कॉल हाँ लेने जी सी। बिल्कुल। हेलो, सत श्री अकाल जी। हेलो हाँ जी, देश परदेश तो गल कर रहे हैं, क्वेश्चन दसो। मैम, आई हैव टू आस्क अबाउट द प्रोसेसिंग टाइम ऑफ कनाडा। यू कैन सी द ऑफिशियल साइड ऑफ कनाडा हैज इंक्रीज द प्रोसेसिंग टाइम टू 12 वीक्स टू 16 वीक्स। श्योर, वी हैव वन एक्सपर्ट, ही विल आंसर आंसर व्हाटएवर योर क्वेरी इज। The platform from where you're watching, ਜਿਵੇਂ ਕਿ you can see the answer from there. Yes, sir. ਤੋ ਐਕਚੁਅਲੀ ਹੀ ਇਸ ਆਸਕਿੰਗ ਵਾਟ ਇਜ਼ ਇਟ ਪ੍ਰੋਸੈਸਿੰਗ ਟਾਈਮ ਫॉर I think ਕੈਨੇਡਾ ਫॉर no, he's asking the website. ਮੈਨੂੰ ਵੀ ਕੁਐਸਚਨ ਐਕਚੁਅਲੀ ਸਮਝ ਨਹੀਂ ਆਇਆ। ਅਫੀਸ਼ੀਅਲ ਵੈਬਸਾਈਟ ਹੀ ਇਸ ਆਸਕਿੰਗ। ਸੀ, ਅਫੀਸ਼ੀਅਲ ਵੈਬਸਾਈਟ ਇਜ਼ canada.gc.ca। ਯੂ ਕੈਨ ਚੈੱਕ ਫॉर ਅਪਡੇਟਸ ਔਨ ਦੈਟ ਵੈਬਸਾਈਟ। But right now, if you talk to me, what will be the processing time for Canada student visa? That will be 3 to 4 months because the results of files which are pending in High Commission there are a lot of files pending from March. There are few files pending from February. So the result is pending from February and March, and the processing is very slow. Okay. So if you lodge your file now, you will get your result after 90 days minimum. So there is no updation like this on any Canadian High Commission website because they will be giving updates on this. But we are, if you will, because as per the scenario, this is going to be processing time. Okay, sir. Ji. Yeah. Refusals ਦੇ ਬਾਰੇ ਸਰ ਆਪਾਂ ਕਾਰਨ ਜਾਨਣਾ ਚਾਹਾਂਗੇ, ਵਾਟ ਆਰ ਦ ਰੀਜ਼ਨਸ ਕਿ ਰਿਫਿਊਜ਼ਲਸ ਆਉਂਦੀਆਂ ਨੇ, ਐਂਡ ਹਾਊ ਯੂ ਡਿਫਰੈਂਸ਼ੀਏਟ ਯੋਰ ਕੰਪਨੀ ਫਰੋਮ ਅਦਰ ਕੰਪਨੀਜ਼। ਕਿਵੇਂ ਤੁਸੀਂ ਹੈਲਪ ਕਰਦੇ ਹੋ ਬੱਚਿਆਂ ਨੂੰ ਜਿਹੜੇ ਬੱਚਿਆਂ ਦੇ ਰਿਫਿਊਜ਼ਲਸ ਆਏ ਹੋਏ ਨੇ, ਆਲਸੋ ਰੀਜ਼ਨਸ। ਸੇ ਪਹਿਲੀ ਗੱਲ ਤਾਂ ਮੈਂ ਸਾਰੇ ਸਟੂਡੈਂਟਸ ਨੂੰ ਇਹ ਜ਼ਰੂਰ ਗਾਈਡ ਕਰਾਂਗਾ ਕਿ ਜਿਨ੍ਹਾਂ ਦੀ ਰਿਫਿਊਜ਼ਲਸ ਆਈ ਹੋਈ ਹੈ ਉਹ ਆਪਣੇ ਕੇਪਸ ਨੋਟ ਅਪਲਾਈ ਕਰਨ। ਸੋ ਕੇਪਸ ਨੋਟ ਹੁੰਦਾ ਹੈ ਕਿ ਕੇਪਸ ਨੋਟ ਅਸੀਂ ਕੈਨੇਡਾ ਸਰਕਾਰ ਤੋਂ ਮੰਗ ਸਕਦੇ ਹਾਂ ਕਿ ਤੁਹਾਡੀ ਰਿਫਿਊਜ਼ਲ ਵਿੱਚ ਕੀ ਰੀਜ਼ਨ ਹੈਗਾ ਸੀ। ਸੋ ਜਦੋਂ ਅਸੀਂ ਕੇਪਸ ਨੂੰ ਅਪਲਾਈ ਕਰਦੇ ਹਾਂ ਕਿ ਸਾਨੂੰ ਐਗਜ਼ੈਕਟ ਰੀਜ਼ਨ ਪਤਾ ਲੱਗ ਜਾਂਦਾ ਹੈ ਕਿ ਤੁਹਾਡੀ ਰਿਫਿਊਜ਼ਲ ਦਾ ਕੀ ਕਾਰਨ ਸੀ। ਸੋ ਜਦੋਂ ਸਾਨੂੰ ਕਾਰਨ ਪਤਾ ਲੱਗਦਾ ਤੁਹਾਡੀ ਰਿਫਿਊਜ਼ਲ ਦਾ, ਫਿਰ ਅਸੀਂ ਉਸ ਰਿਫਿਊਜ਼ਲ ਰੀਜ਼ਨ ਤੇ ਵਰਕਆਊਟ ਕਰ ਸਕਦੇ ਹਾਂ। ਜੇ ਸਾਨੂੰ ਲੱਗੇਗਾ ਕਿ ਕੋਰਸ ਮਿਸਮੈਚ ਸੀ ਐਂਡ ਤੁਸੀਂ ਜੇ ਕਿਸੇ ਪ੍ਰਾਈਵੇਟ ਕਾਲਜ 'ਚ ਅਪਲਾਈ ਕੀਤਾ ਹੋਇਆ ਸੀ ਜਾਂ ਫਿਰ ਤੁਸੀਂ ਕੋਈ ਤੁਹਾਡੇ ਲੋਅਰ ਬੈਂਡ ਸੀ ਬਟ ਜਿਹੜਾ ਤੁਸੀਂ ਕੋਰਸ ਲਿਆ ਉਹਦੀ ਐਲੀਜੀਬਿਲਟੀ ਨਹੀਂ ਬਣਦੀ ਸੀ, ਜਾਂ ਫਿਰ ਤੁਹਾਡੇ ਕੋਈ ਫਾਰਮ ਵਿੱਚ ਗਲਤੀ ਹੈਗੀ ਸੀ, ਜਿਵੇਂ ਕਿ ਤੁਸੀਂ ਹੁਣੇ ਅਸੀਂ ਕਾਲ ਲੈ ਕੇ ਹਟੇ ਹਾਂ ਕਿ ਉਹਨਾਂ ਦੀ ਫੈਮਿਲੀ ਇਨਫੋਰਮੇਸ਼ਨ ਫਾਰਮ ਗਲਤ ਭਰ ਦਿੱਤੀ ਸੀ, ਉਹਦੇ ਕਰਕੇ ਵੀ ਉਹਨਾਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਸਕਦਾ, ਜਾਂ ਫਿਰ ਸਟੇਟਮੈਂਟ ਆਫ ਪਰਪਸ ਸਹੀ ਨਹੀਂ ਲੱਗਾ ਸੀ। ਸੋ ਬਹੁਤ ਸਾਰੇ ਰੀਜ਼ਨਸ ਹੋ ਸਕਦੇ ਆ ਰਿਫਿਊਜ਼ਲ ਦੇ। ਸੋ ਜਿਹੜੇ ਵੀ ਰਿਫਿਊਜ਼ਡ ਕਲਾਇੰਟਸ ਹੈਗੇ ਆ, ਕਾਈਂਡਲੀ ਸੈਂਡ ਮੀ ਯੋਰ ਪ੍ਰੋਫਾਈਲ ਐਟ info@landmarkimmigration.com। I will assess ਕਿ ਤੁਹਾਡੀ ਪ੍ਰੋਫਾਈਲ ਚ ਕੀ ਕਮੀ ਸੀ, ਕੀ ਪ੍ਰੋਬਲਮ ਸੀ ਜਿਹਦੇ ਕਾਰਨ ਤੁਹਾਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ, ਐਂਡ ਜੇ ਮੈਨੂੰ ਲੱਗੇਗਾ ਕਿ ਤੁਹਾਡੀ ਫਾਈਲ ਤੇ ਵੀਜ਼ਾ ਲੱਗ ਕੇ ਆ ਸਕਦਾ ਤਾਂ I will guide you again to apply to refile for Canada। ਜੀ, ਕਾਲ ਲੈਣੇ ਆ ਸਰ। ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ, ਦੇਸ਼ ਪ੍ਰਦੇਸ਼ ਤੋਂ ਗੱਲ ਕਰ ਰਹੇ ਹਾਂ, ਕੁਐਸਚਨ ਪੁੱਛ ਸਕਦੇ ਹੋ? ਥੋੜੀ ਜਿਹੀ ਨੈਟਵਰਕ ਪ੍ਰੋਬਲਮ ਸਰ, ਕਾਲ ਕੱਟੀ ਗਈ ਹੈ। ਮੈਂ ਤੁਹਾਨੂੰ ਗੈਪਸ ਬਾਰੇ ਜ਼ਰੂਰ ਜਾਣਨਾ ਚਾਹੂੰਗੀ, ਰਿਫਿਊਜ਼ਲਸ ਬਾਰੇ ਤੁਸੀਂ ਬੜੇ ਅੱਛੇ ਟਿਪਸ ਦੱਸੇ ਹੈ, ਜਿਹੜੇ ਰੀਜ਼ਨਸ ਦੱਸੇ ਹੈ। ਬੱਚਾ SOP ਦੀ ਗੱਲ ਦੱਸ ਰਹੇ ਸੀ ਤੁਸੀਂ ਕਿ ਸਟੇਟਮੈਂਟ ਆਫ ਪਰਪਸ ਕਿੰਨਾ ਇੰਪੋਰਟੈਂਟ ਹੈ। ਆਲਸੋ ਤੁਸੀਂ ਦੱਸ ਰਹੇ ਸੀ, ਜਿਵੇਂ ਸਾਨੂੰ ਕਾਲ ਵੀ ਆਈ ਸੀ, ਡਾਕੂਮੈਂਟ ਮਿਸਿੰਗ ਨਹੀਂ ਹੋਣੇ ਚਾਹੀਦੇ, ਕੁਝ ਹਾਈਡ ਨਾ ਕਰੋ ਆਪਣੇ ਕੰਸਲਟੈਂਟ ਤੋਂ, ਇਹ ਸਭ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਗੈਪਸ ਬਾਰੇ ਦੱਸੋ ਸਰ, 1 ਸਾਲ ਤੋਂ ਜਾਂ 2 ਸਾਲ ਤੋਂ ਜ਼ਿਆਦਾ ਗੈਪ ਹੈ ਜਿਹੜੇ ਬੱਚਿਆਂ ਦਾ, ਉਹ ਬੱਚੇ ਕੀ ਕਰਨ, ਕਿਵੇਂ ਅਪਲਾਈ ਕਰਨ? ਸੀ, ਬਹੁਤ ਸਾਰੇ ਕਾਲਜਸ, ਬਿਲਕੁਲ ਗੈਪ ਬਾਰੇ ਆਪਾਂ ਡਿਸਕਸ ਕਰਦੇ ਹਾਂ ਕਿ ਬਹੁਤ ਸਾਰੇ ਕਾਲਜਸ ਇਦਾਂ ਦੇ ਹੈਗੇ ਆ ਜਿਹੜੇ ਕਿ ਸਰਕਾਰੀ ਕਾਲਜ ਆ ਜਿਹੜੇ +2 ਤੋਂ ਬਾਅਦ 2 ਇਅਰਸ ਤੋਂ ਵੱਧ ਗੈਪ ਨਹੀਂ ਐਕਸੈਪਟ ਕਰਦੇ, ਔਰ ਗ੍ਰੈਜੂਏਸ਼ਨ ਤੋਂ ਬਾਅਦ 5 ਸਾਲ ਤੋਂ ਉੱਤੇ ਗੈਪ ਨਹੀਂ ਐਕਸੈਪਟ ਕਰਦੇ। ਬਟ ਬਹੁਤ ਸਾਰੇ ਇਦਾਂ ਦੇ ਕਾਲਜਸ ਵੀ ਹੈਗੇ ਆ ਜਿਨ੍ਹਾਂ ਨੂੰ ਗੈਪ ਨਾਲ ਕੋਈ ਮਤਲਬ ਹੀ ਨਹੀਂ ਹੈਗਾ। ਜਿਵੇਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦਵਾਂਗਾ, ਨਾਰਥ ਵੈਸਟ ਕਾਲਜ ਐਡਮਿੰਟਨ ਚ ਹੈਗਾ,
ਸੋ ਜਿੰਨਾ ਮਰਜ਼ੀ ਗੈਪ ਹੋਵੇ ਤੁਹਾਡੀ ਪੜ੍ਹਾਈ ਦੇ ਦੌਰਾਨ ਦੇ ਵਿਲ ਨਾਟ ਆਸਕ ਯੂ ਐਂਡ ਇਫ ਯੂ ਆਰ ਐਲੀਜੀਬਲ ਦੇ ਵਿਲ ਇਸ਼ੂ ਯੂ ਐਨ ਆਫਰ ਲੈਟਰ ਐਂਡ ਇਦਾਂ ਹੀ ਜੇ ਤੁਸੀਂ ਕਿਸੇ ਯੂਨੀਵਰਸਿਟੀ ਚ ਅਪਲਾਈ ਕਰਦੇ ਹੋ ਤਾਂ ਦੇ ਡੋਂਟ ਆਸਕ ਯੂ ਯੋਰ ਗੈਪ ਯੂ ਕੈਨ ਅਪਲਾਈ ਵਿਦ ਐਨੀ ਨੰਬਰ ਆਫ ਗੈਪ ਬਟ ਯੂ ਹੈਵ ਟੂ ਜਸਟੀਫਾਈ ਤੁਹਾਨੂੰ ਆਪਣੇ ਗੈਪ ਦਾ ਜਿਹੜਾ ਰੀਜ਼ਨ ਹੈ ਉਹ ਜਸਟੀਫਾਈ ਕਰਨਾ ਹੈ ਹਾਈ ਕਮਿਸ਼ਨ ਨੂੰ ਕਿ ਤੁਸੀਂ ਇਹ ਗੈਪ ਦੇ ਦੌਰਾਨ ਕੀ ਕੀਤਾ ਸੋ ਜੇ ਤੁਸੀਂ ਗੈਪ ਦੇ ਦੌਰਾਨ ਜੌਬ ਕੀਤੀ ਇਟਸ ਵੈਰੀ ਗੁੱਡ ਦੈਟ ਜੌਬ ਕੀਤੀ ਹੋਈ ਹੈ ਸਾਡੇ ਕੋਲ ਰੀਜ਼ਨਸ ਹੈਗੇ ਆ ਕਿ ਅਸੀਂ ਜੌਬ ਕੀਤੀ ਹੈ ਸੋ ਇਟਸ ਵੈਰੀ ਗੁੱਡ ਯੂ ਕੈਨ ਪੁੱਟ ਅਪ ਯੋਰ ਐਕਸਪੀਰੀਅੰਸ ਲੈਟਰ ਯੋਰ ਸੈਲਰੀ ਸਰਟੀਫਿਕੇਟਸ ਐਂਡ ਐਵਰੀਥਿੰਗ ਐਂਡ ਯੂ ਕੈਨ ਰੀਫਾਈਲ ਸੋ ਜੇ ਤੁਸੀਂ ਗੈਪ ਦੀ ਗੱਲ ਕਰੋ ਤਾਂ ਸਾਡੇ ਕੋਲ 15 16 ਸਾਲ ਦੇ ਐਕਸਪੀਰੀਅੰਸ ਦੇ ਨਾਲ ਵੀ ਵੀਜ਼ਾ ਲੱਗ ਕੇ ਆਏ ਨੇ ਸੋ 15 ਤੋਂ 16 ਸਾਲ ਦੇ ਐਕਸਪੀਰੀਅੰਸ ਹੈਗਾ ਸੀ ਬੀਕੌਮ ਗ੍ਰੈਜੂਏਟ ਸੀ ਔਰ ਲੈਕਚਰਰ ਸੀ ਯੂਨੀਵਰਸਿਟੀ ਦੇ ਵਿੱਚ ਔਰ ਉਹਨਾਂ ਦਾ ਵੀਜ਼ਾ ਲੱਗ ਕੇ ਆਇਆ ਸਾਡੇ ਕੋਲ ਸੋ ਇਦਾਂ ਦੇ ਕੋਈ ਕੋਈ ਸਪੈਸੀਫਿਕ ਨਹੀਂ ਹੈਗਾ ਕਿ ਗੈਪ ਵਾਲਾ ਸਟੂਡੈਂਟ ਅਪਲਾਈ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਬਟ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ ਕਿ ਤੁਸੀਂ ਜੇ ਤੁਹਾਡਾ ਕੋਈ ਗੈਪ ਹੈਗਾ ਤਾਂ ਦੈਨ ਡੈਫੀਨੇਟਲੀ ਯੂ ਕੈਨ ਅਪਲਾਈ ਐਂਡ ਦੇਰ ਹੈਜ਼ ਟੂ ਬੀ ਅ ਵੈਲਿਡ ਰੀਜ਼ਨ ਕਿ ਤੁਹਾਡਾ ਗੈਪ ਕਿਉਂ ਹੈਗਾ ਬੇਸਿਕਲੀ ਤੁਸੀਂ ਇਹ ਕਹਿ ਰਹੇ ਹੋ ਕਿ ਯੂਨੀਵਰਸਿਟੀਜ਼ ਨੈਵਰ ਆਸਕ ਫॉर ਗੈਪਸ ਦੇ ਐਕਚੁਅਲੀ ਵਾਂਟ ਯੂ ਟੂ ਜਸਟੀਫਾਈ ਫॉर ਦ ਬਿਲਕੁਲ ਗੈਪਸ ਰਾਈਟ ਕੁਐਸਚਨ ਸੋ ਜਸਟੀਫਿਕੇਸ਼ਨ ਜਿਹੜੀ ਸਾਨੂੰ ਦੇਣੀ ਹੈ ਬਿਲਕੁਲ ਹੈਲੋ ਆਪਾਂ ਕਾਲ ਲੈ ਲੈਨੇ ਫਿਰ ਕੰਟੀਨਿਊ ਕਰਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੇਸ਼ ਪਰਦੇਸ ਤੋਂ ਗੱਲ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਮ ਮੈਂ ਕੈਨੇਡਾ ਬਾਰੇ ਪੁੱਛਣਾ ਸੀ ਜੀ ਪੁੱਛੋ ਮੈਮ ਮੈਂ ਨਾ ਆਈਲਸ ਕੀਤੀ ਹੋਈ ਹੈ ਮੈਮ ਓਵਰਆਲ 6 ਬੈਂਡ ਆ ਮੈਮ ਇੱਕ ਮੋਡਿਊਲ 5.5 ਆ ਜੀ ਤੇ ਮੈਮ ਗ੍ਰੈਜੂਏਸ਼ਨ ਕੀਤੀ ਹੋਈ ਆ 2019 ਪਾਸ ਆਊਟ ਆ ਬੀਬੀਏ ਕੀਤੀ ਹੋਈ ਆ ਮੈਂ ਠੀਕ ਹੈ ਹਾਂਜੀ ਮੈਮ ਕੈਨੇਡਾ ਬਾਰੇ ਪੁੱਛਣਾ ਸੀ ਮੈਮ ਸ਼ੋਰ ਜਿਹੜੇ ਪਲੇਟਫਾਰਮ ਤੋਂ ਤੁਸੀਂ ਦੇਖ ਰਹੇ ਹੋ ਆਨਸਰ ਸੁਣ ਸਕਦੇ ਹੋ ਹਾਂਜੀ ਸਰ ਓਕੇ ਸੋ 2019 ਚ ਤੁਸੀਂ ਬੀਬੀਏ ਕੀਤੀ ਹੋਈ ਹੈ ਐਂਡ ਤੁਸੀਂ ਦੱਸਿਆ ਕਿ ਤੁਹਾਡੇ ਓਵਰਆਲ 6 ਬੈਂਡ ਹੈ ਜੀ ਸਰ ਫੋਨ ਕੱਟਿਆ ਗਿਆ ਹਾਂਜੀ ਉਹਨਾਂ ਨੇ 6 ਬੈਂਡ ਦੱਸਿਆ ਇੱਕ ਮੋਡਿਊਲ ਚ 5.5 ਦੱਸੇ ਸੀ ਜੋ 5.5 ਬੈਂਡ ਹੈ ਸੋ ਬਿਲਕੁਲ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਬੀਬੀਏ ਕੀਤੀ ਹੋਈ ਹੈ ਓਵਰਆਲ 6 ਬੈਂਡ ਹੈਗੇ ਆ ਤੁਸੀਂ ਗਵਰਨਮੈਂਟ ਕਾਲਜ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਲਈ ਐਲੀਜੀਬਲ ਹੈਗੇ ਹੋ 2 ਇਅਰਸ ਡਿਪਲੋਮਾ ਵੀ ਚੂਜ਼ ਕਰ ਸਕਦੇ ਹੋ ਔਰ 1 ਇਅਰ ਡਿਪਲੋਮਾ ਵੀ ਚੂਜ਼ ਕਰ ਸਕਦੇ ਹੋ ਇਨ ਅ ਗਵਰਨਮੈਂਟ ਕਾਲਜ ਔਰ ਬੀਬੀਏ ਤੋਂ ਬਾਅਦ ਅਸੀਂ ਬਹੁਤ ਸਾਰੇ ਇਦਾਂ ਦੇ ਕੋਰਸ ਕਰ ਸਕਦੇ ਹਾਂ ਜਿਵੇਂ ਕਿ ਗਲੋਬਲ ਬਿਜ਼ਨਸ ਮੈਨੇਜਮੈਂਟ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਸਪਲਾਈ ਚੇਨ ਮੈਨੇਜਮੈਂਟ ਸੋ ਇਦਾਂ ਦੇ ਉਹ ਕੋਰਸਿਸ ਕਰਨ ਜਾ ਸਕਦੇ ਆ ਔਰ ਜੇ ਉਹ ਐਮਬੀਏ ਕਰਨਾ ਚਾਹੁੰਦੇ ਆ ਤਾਂ ਬਿਲਕੁਲ ਐਮਬੀਏ ਵੀ ਕਰਨ ਜਾ ਸਕਦੇ ਆ ਜੀ ਸਰ ਥੋੜਾ ਜਿਹਾ ਡਿਓਲੰਗਾ ਟੈਸਟ ਬਾਰੇ ਵੀ ਦੱਸ ਦੋਗੇ ਕਿ ਕੀ ਇਹ ਹੈਗਾ ਹੈ ਐਂਡ ਆਈਐਲਸ ਦੀ ਰਿਕੁਆਇਰਮੈਂਟ ਕਿਉਂ ਹੈਗੀ ਹੈ ਫਿਰ ਵੀ ਅਗਰ ਆਪਾਂ ਜਦੋਂ ਡਿਓਲੰਗੇ ਟੈਸਟ ਦੀ ਗੱਲ ਕਰਦੇ ਆ ਕਿਉਂਕਿ ਇਹ ਅਨਕੰਡੀਸ਼ਨਲ ਜਾਂ ਕੰਡੀਸ਼ਨਲ ਆਫਰ ਲੈਟਰ ਦੇਣ ਦੇ ਲਈ ਹੈਲਪ ਕਰਦਾ ਹੈ ਤੇ ਅੱਜ ਦੀ ਡੇਟ 'ਚ ਜਦੋਂ ਸਟੂਡੈਂਟ ਘਰ ਬੈਠਾ ਹੈ ਔਰ ਆਈਲੈਟਸ ਟੈਸਟ ਸੈਂਟਰਸ ਬੰਦ ਹੈਗੇ ਸੀ ਤਾਂ ਡਿਊਲਿੰਗੋ ਟੈਸਟ 130 ਤੋਂ ਵੱਧ ਯੂਨੀਵਰਸਿਟੀਆਂ ਔਰ ਕਾਲਜਸ ਨੇ ਐਕਸੈਪਟ ਕਰਨੇ ਸ਼ੁਰੂ ਕਰਤੇ ਕੈਨੇਡਾ ਦੇ ਵਿੱਚ ਇੱਕ ਸਟੂਡੈਂਟਸ ਲਈ ਇੱਕ ਰਸਤਾ ਬਣ ਗਿਆ ਕਿ ਉਹ ਆਪਣੇ ਜਨਵਰੀ ਇਨਟੇਕ ਸਪਟੈਂਬਰ ਇਨਟੇਕ 'ਚ ਐਡਮਿਸ਼ਨ ਲੈ ਸਕਦੇ ਆ ਬਟ ਡਿਊਲਿੰਗੋ ਟੈਸਟ ਦੇ ਉੱਤੇ 130 ਤੋਂ ਵੱਧ ਕਾਲਜਸ ਔਰ ਯੂਨੀਵਰਸਿਟੀਜ਼ ਐਕਸੈਪਟ ਕਰ ਰਹੀਆਂ ਬਟ ਡਿਊਲਿੰਗੋ ਟੈਸਟ ਤੇ ਇੱਕ ਪ੍ਰਸ਼ਨ ਮਾਰਕ ਬਣਿਆ ਹੋਇਆ ਕਿ ਅੰਬੈਸੀ ਡਿਊਲਿੰਗੋ ਉੱਤੇ ਵੀਜ਼ਾ ਦੇਏਗੀ ਕਿ ਨਹੀਂ ਦੇਏਗੀ ਬਟ ਜੋ ਸਾਨੂੰ ਲੱਗਦਾ ਕਿ ਨਾਨ ਐਸਟੀਐਸ ਕੈਟੇਗਰੀ ਵਿੱਚ ਜਿਵੇਂ ਕਿ ਪੀਟੀ ਉੱਤੇ ਵੀ ਵੀਜ਼ਾ ਆਉਂਦੇ ਆ ਪੀਅਰਸਨ ਟੈਸਟ ਆਫ ਇੰਗਲਿਸ਼ ਤੇ ਵੀ ਵੀਜ਼ਾ ਆਉਂਦੇ ਆ ਉਦਾਂ ਹੀ ਡਿਊਲਿੰਗੋ ਟੈਸਟ ਤੇ ਵੀ ਵੀਜ਼ਾ ਆਉਣ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਆ ਅੱਛਾ ਜੀ ਸੋ ਦੈਟ ਮੀਨਸ ਕੰਪੈਰੀਸਨ ਕੀਤੇ ਜਾ ਡਿਊਲਿੰਗੋ ਟੈਸਟ ਐਂਡ ਆਇਲਸ ਦੀ ਆਇਲਸ ਤੁਸੀਂ ਕਹਿੰਦੇ ਹੋ ਫਿਰ ਵੀ ਇੰਪੋਰਟੈਂਟ ਹੈ ਕਿਉਂਕਿ ਡਿਊਲਿੰਗੋ ਟੈਸਟ ਸਿਰਫ ਐਡਮਿਸ਼ਨ ਦੇ ਲਈ ਹੈ ਇਨ ਅ ਯੂਨੀਵਰਸਿਟੀ ਇਨ ਅ ਕਾਲਜ ਆਇਲਸ ਜ਼ਰੂਰੀ ਹੈ ਫਿਰ ਵੀ ਸੀ ਦੇਖੋ ਦੋ ਕੈਟੇਗਰੀਜ਼ ਹੈਗੀਆਂ ਕੈਨੇਡਾ ਸਟੂਡੈਂਟ ਵੀਜ਼ਾ ਦੀਆਂ ਵਨ ਇਜ਼ ਐਸਟੀਐਸ ਐਂਡ ਵਨ ਇਜ਼ ਨਾਨ ਐਸਟੀਐਸ ਵੀ ਆਲ ਨੋ ਦੈਟ ਸੋ ਐਸਟੀਐਸ ਵਿੱਚ ਆਇਲਟਸ ਨਾਲ ਹੀ ਸਟੂਡੈਂਟਸ ਆਪਣੀ ਫਾਈਲ ਲੌਜ ਕਰ ਸਕਦਾ ਐਸਡੀਐਸ ਵਿੱਚ 6 ਈਚ ਦੀ ਰਿਕੁਆਇਰਮੈਂਟ ਹੈਗੀ ਹੈ ਪਰ ਜਦੋਂ ਅਸੀਂ ਨਾਨ ਐਸਡੀਐਸ ਕੈਟੇਗਰੀ ਚ ਆਪਣੀ ਫਾਈਲ ਲਾਨੇ ਆ ਸੋ ਜਿਹੜੀ ਆਈਲਟਸ ਇੰਗਲਿਸ਼ ਦੀ ਰਿਕੁਆਇਰਮੈਂਟ ਹੁੰਦੀ ਹੈ ਉਹ ਸਿਰਫ ਕਾਲਜ ਨੂੰ ਫੁਲਫਿਲ ਕਰਨ ਵਾਸਤੇ ਹੁੰਦੀ ਹੈ ਔਰ ਜੇ ਕਾਲਜ ਤੁਹਾਨੂੰ ਕੋਰਸ ਚ ਐਡਮਿਸ਼ਨ ਦੇ ਰਿਹਾ ਤੁਸੀਂ ਕੋਈ ਵੀ ਇੰਗਲਿਸ਼ ਟੈਸਟ ਕੀਤਾ ਹੋਇਆ ਤਾਂ ਤੁਸੀਂ ਆਪਣੀ ਫਾਈਲ ਨਾਨ ਐਸਟੀਐਸ ਕੈਟੇਗਰੀ ਚ ਪ੍ਰੋਸੀਡ ਕਰ ਸਕਦੇ ਹੋ ਬਟ ਜੇ ਰਿਜ਼ਲਟਸ ਦੀ ਗੱਲ ਕਰੀਏ ਤੁਹਾਨੂੰ ਪਤਾ ਹੀ ਹੋਏਗਾ ਕਿ ਰਿਜ਼ਲਟਸ ਪੈਂਡਿੰਗ ਚੱਲ ਰਹੇ ਹੈ ਔਰ ਡਿਊਲਿੰਗੋ ਦੇ ਨਾਲ ਜਿੰਨੀਆਂ ਫਾਈਲਸ ਲੱਗੀਆਂ ਉਹਨਾਂ ਤੇ ਕੋਈ ਰਿਜ਼ਲਟ ਨਹੀਂ ਆਇਆ ਵੀਜ਼ਾ ਵੀ ਨਹੀਂ ਆਇਆ ਤੇ ਰਿਫਿਊਜ਼ਲ ਵੀ ਨਹੀਂ ਆਈ ਹੈ ਸੋ ਹੱਲੇ ਨਾਨ ਐਸਡੀਐਸ ਕੈਟੇਗਰੀ ਚ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ ਕਿ ਡਿਊਲਿੰਗੋ ਟੈਸਟ ਦੇ ਨਾਲ ਉਹ ਆਪਣੀ ਫਾਈਲ ਲੌਂਚ ਕਰ ਸਕਦੇ ਨੇ ਜੀ ਕੋਲ ਲੈਣੇ ਸਰ ਬਟ ਜੇ ਡਿਊਲਿੰਗੋ ਟੈਸਟ ਤੁਸੀਂ ਯੂਕੇ ਚ ਗੱਲ ਕਰੋ ਤਾਂ ਡਿਊਲਿੰਗੋ ਜਿਵੇਂ ਕਿ ਆਈਲਟਸ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ ਕੈਨੇਡਾ ਹਾਈ ਕਮਿਸ਼ਨ ਵੱਲੋਂ ਹਾਂਜੀ ਜੀ 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 ਸਰ ਤੁਸੀਂ ਕੰਟੀਨਿਊ ਕਰ ਸਕਦੇ ਹੋ ਅਸੀਂ ਕਾਲ ਕਰ ਚੁੱਕੇ ਹਾਂ ਹਾਂਜੀ
ਸੋ ਆਈਲੈਟਸ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ ਕੈਨੇਡਾ ਹਾਈ ਕਮਿਸ਼ਨ ਵੱਲੋਂ, ਬਟ ਇਦਾਂ ਹੀ ਯੂਕੇ ਵਿੱਚ ਕੋਈ ਵੀ ਇੰਪੋਰਟੈਂਸ ਨਹੀਂ ਦਿੱਤੀ ਜਾਂਦੀ ਆਈਲੈਟਸ ਨੂੰ। ਸੋ ਜੇ ਤੁਸੀਂ ਡੁਲਿੰਗੋ ਟੈਸਟ ਕੀਤਾ ਔਰ ਤੁਸੀਂ ਯੂਕੇ ਪੜ੍ਹਨ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਵੀਜ਼ਾ ਲੈਣ 'ਚ। ਅੱਛਾ ਜੀ, ਠੀਕ ਹੈ ਸਰ, ਕਾਲ ਲੈਣੇ ਹਾਂ ਅਸੀਂ। ਸਤਿ ਸ਼੍ਰੀ ਹਾਂਜੀ ਅਕਾਲ ਜੀ, ਦੇਸ ਪ੍ਰਦੇਸ ਲਾਈਵ ਤੋਂ ਗੱਲ ਕਰ ਰਹੇ ਹਾਂ। ਹੈਲੋ, ਹਾਂਜੀ, ਕੁਐਸਚਨ ਪੁੱਛ ਸਕਦੇ ਹੋ? ਮੇਰੇ ਖਿਆਲ ਨਾਲ ਆਵਾਜ਼ ਨਹੀਂ ਆ ਰਹੀ ਹੈ ਸਰ ਉੱਥੇ ਤੱਕ। ਜਿਹੜੇ ਬੱਚਿਆਂ ਦੇ ਸਰ ਨੋ ਓਵਰਆਲ ਪ੍ਰੋਬਲਮ, 6 ਨੇ, 5.5 ਦੋ ਮੋਡਿਊਲ ਦੇ ਵਿੱਚ ਹੈ, ਇਹ ਕੁਐਸਚਨ ਬਾਰ ਬਾਰ ਆਉਂਦਾ ਤਾਂ ਮੈਂ ਜ਼ਰੂਰ ਚਾਹਾਂਗੀ ਤੁਸੀਂ ਚਾਨਣਾ ਪਾਓ ਕਿ ਜਰਮਨੀ, ਯੂਕੇ, ਕੈਨੇਡਾ, ਜਿਹਦੇ ਬਾਰੇ ਅੱਜ ਅਸੀਂ ਗੱਲ ਕਰਨ ਦੇ ਲਈ ਬੈਠੇ ਹਾਂ, ਕਿਹੜੇ ਕੰਟਰੀ ਦੇ ਵਿੱਚ, ਕਿਹੜੀ ਕੰਟੀਨੈਂਟ ਦੇ ਵਿੱਚ ਬੱਚਾ ਅਪਲਾਈ ਕਰ ਸਕਦਾ ਹੈ ਤੇ ਸਕਸੈਸਫੁਲ ਰੇਟਸ ਉਹਦੇ ਵਿੱਚ ਹੈਗੇ ਨੇ ਵੀਜ਼ਾ ਰੇਟਸ? ਸੀ, ਸਭ ਤੋਂ ਪਹਿਲਾਂ ਤਾਂ ਕੈਨੇਡਾ ਹੀ ਜਾਣਾ ਚਾਹੁੰਦਾ ਜਿਹਦੇ ਵੀ ਸਟੂਡੈਂਟ ਦੇ ਓਵਰਆਲ 6 ਬੈਂਡ ਹੁੰਦੇ ਆ, ਉਹਦੀ ਫਰਸਟ ਚੁਆਇਸ ਹੈਗੀ ਆ ਉਹ ਕੈਨੇਡਾ ਸਟੂਡੈਂਟ ਵੀਜ਼ਾ ਹੀ ਹੈਗੀ ਆ। ਸੋ ਜੇ ਓਵਰਆਲ 6 ਬੈਂਡ ਹੈਗੇ ਆ ਤਾਂ ਮੈਂ ਤੁਹਾਨੂੰ ਗਾਈਡ ਕਰਨਾ ਚਾਹਾਂਗਾ, ਜੇ ਕੋਈ ਗਵਰਨਮੈਂਟ ਕਾਲਜ ਤੁਹਾਨੂੰ ਐਡਮਿਸ਼ਨ ਦੇ ਰਿਹਾ ਓਵਰਆਲ 6 ਬੈਂਡ ਦੇ ਉੱਤੇ ਤਾਂ ਤੁਸੀਂ ਬਿਲਕੁਲ ਆਪਣੀ ਫਾਈਲ ਪ੍ਰੋਸੀਡ ਕਰ ਸਕਦੇ ਹੋ, 2 ਚੋਂ 5.5 ਦੇ ਨਾਲ ਤੁਸੀਂ ਪ੍ਰੋਸੀਡ ਕਰ ਸਕਦੇ ਹੋ। ਔਰ ਜੇ ਤੁਸੀਂ ਪ੍ਰਾਈਵੇਟ ਕਾਲਜ 'ਚ ਆਪਣੀ ਫਾਈਲ ਪ੍ਰੋਸੀਡ ਕਰਦੇ ਹੋ ਤਾਂ ਤੁਹਾਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਕੈਨੇਡਾ ਵਿੱਚ ਵੀ 2 ਚੋਂ 5.5 ਬੈਂਡ ਦੇ ਨਾਲ ਬਹੁਤ ਸਾਰੇ ਗਵਰਨਮੈਂਟ ਕਾਲਜਸ ਹੈਗੇ ਆ ਜਿਹੜੇ ਐਡਮਿਸ਼ਨ ਦੇ ਰਹੇ ਨੇ। ਸੋ 2 ਚੋਂ 5.5 ਦੇ ਨਾਲ ਤੁਸੀਂ ਗਵਰਨਮੈਂਟ ਕਾਲਜ 'ਚ ਆਪਣੀ ਫਾਈਲ ਲਾ ਸਕਦੇ ਹੋ। ਪਰ ਅਸੀਂ ਜੇ ਦੂਜੇ ਪਾਸੇ ਗੱਲ ਕਰੀਏ ਯੂਕੇ ਐਂਡ ਜਰਮਨੀ ਦੀ, ਉਹਦੇ ਵਿੱਚ ਓਵਰਆਲ 6 ਬੈਂਡ ਦੇ ਨਾਲ ਡਾਇਰੈਕਟਲੀ ਐਡਮਿਸ਼ਨ ਮਿਲ ਰਹੀ ਹੈ ਐਂਡ ਵੀਜ਼ਾ ਸਕਸੈਸ ਰੇਟ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਜੀ, ਜਿਨ੍ਹਾਂ ਨੇ ਸਰ 12th ਦੇ ਐਗਜ਼ਾਮ ਨਹੀਂ ਦਿੱਤੇ ਬਟ ਆਇਲਸ ਕੀਤਾ ਹੋਇਆ ਹੈ, ਉਹ ਹੁਣ ਬੈਠ ਕੇ ਸੋਚਦੇ ਨੇ ਕਿ ਅਸੀਂ ਅਪਲਾਈ ਕਰਨਾ ਚਾਹੁੰਦੇ ਹਾਂ ਬਟ ਕਿਹੜੀ ਕੰਟਰੀ ਦੇ ਵਿੱਚ ਅਪਲਾਈ ਕਰੀਏ ਐਂਡ ਕਿਹੜੀ ਕਿਹੜੀ ਪ੍ਰੋਵਿੰਸ ਦੇ ਵਿੱਚ ਜਾਈਏ, ਤਾਂ ਤੁਸੀਂ ਉਹਨਾਂ ਲਈ ਕੀ ਰਾਏ ਦਿਓਗੇ, ਕੀ ਐਡਵਾਈਸ ਦਿਓਗੇ? ਸਟੂਡੈਂਟਸ ਜਿਨ੍ਹਾਂ ਨੇ ਹਲੇ ਰਿਜ਼ਲਟਸ ਪੈਂਡਿੰਗ ਹੈ, ਪਰ ਤੁਹਾਨੂੰ ਪਤਾ ਹੀ ਹੋਣਾ ਕਿ ਆਈਸੀਐਸਈ ਨੇ ਰਿਜ਼ਲਟ ਡਿਕਲੇਅਰ ਕਰਤਾ ਐਂਡ ਸੀਬੀਐਸਈ ਵੀ ਸ਼ਾਇਦ 15 ਤੋਂ 20 ਜੁਲਾਈ ਦੇ ਅੰਦਰ ਅੰਦਰ ਰਿਜ਼ਲਟ ਡਿਕਲੇਅਰ ਕਰ ਦੇਗੀ 12th ਦਾ ਐਂਡ ਹਿਮਾਚਲ ਬੋਰਡ ਨੇ ਵੀ ਰਿਜ਼ਲਟ ਡਿਕਲੇਅਰ ਕਰਤਾ ਹੋਇਆ +2 ਦਾ। ਸੋ ਜਿਹੜੇ ਸਟੂਡੈਂਟਸ ਰਿਜ਼ਲਟ ਦੀ ਵੇਟ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਮੈਨੂੰ ਲੱਗਦਾ ਕਿ ਇਸ ਹਫਤੇ ਦੇ ਅੰਦਰ ਅੰਦਰ ਸਾਰੇ ਬੋਰਡਸ ਦਾ ਰਿਜ਼ਲਟ ਆ ਜਾਣਾ। ਸੋ ਜੇ ਤੁਸੀਂ ਮੈਨੂੰ ਇਹ ਪੁੱਛੋ ਕਿ ਕਿਹੜੇ ਪ੍ਰੋਵਿੰਸਿਸ ਵਿੱਚ ਸਟੂਡੈਂਟਸ ਨੂੰ ਪੀਆਰ ਜਲਦੀ ਮਿਲਦੀ ਹੈ ਤਾਂ ਸਸਕੈਚੁਅਨ ਇੱਕ ਇੰਪੋਰਟੈਂਟ ਪ੍ਰੋਵਿੰਸ ਹੈਗਾ ਜਿੱਥੇ ਸਟੂਡੈਂਟ ਨੂੰ ਪੀਆਰ ਜਲਦੀ ਮਿਲ ਸਕਦੀ ਹੈ। ਅਲਬਰਟਾ ਇੱਕ ਇੰਪੋਰਟੈਂਟ ਪ੍ਰੋਵਿੰਸ ਹੈਗਾ ਜਿੱਥੇ ਸਟੂਡੈਂਟ ਨੂੰ ਪੀਆਰ ਮਿਲ ਸਕਦੀ ਹੈ। ਮੈਨੀਟੋਬਾ ਇੱਕ ਅੱਛਾ ਪ੍ਰੋਵਿੰਸ ਹੈਗਾ ਜਿੱਥੇ ਸਟੂਡੈਂਟ ਨੂੰ ਪੀਆਰ ਮਿਲ ਸਕਦੀ ਹੈ। ਇਦਾਂ ਹੀ ਨਿਊ ਬ੍ਰੁੰਸਵਿਕ, ਪ੍ਰਿੰਸ ਐਡਵਰਡ ਆਈਲੈਂਡ ਔਰ ਨੋਵੋ ਸਕੋਸ਼ੀਆ ਵੀ ਪ੍ਰੋਵਿੰਸਿਸ ਹੈਗੇ ਜਿੱਥੇ ਸਟੂਡੈਂਟਸ ਨੂੰ ਈਜ਼ੀ ਪੀਆਰ ਮਿਲ ਸਕਦੀ ਹੈ। ਠੀਕ ਹੈ ਸਰ, ਅਸੀਂ ਕਾਲ ਲਈ। ਹਾਂਜੀ ਬਿਲਕੁਲ। ਹੈਲੋ ਹੈਲੋ, ਹਾਂਜੀ, ਦੇਸ ਪ੍ਰਦੇਸ ਤੋਂ ਗੱਲ ਕਰ ਰਹੇ ਹਾਂ, ਕੁਐਸਚਨ ਪੁੱਛੋ। ਹੈਲੋ, ਮੇਰੇ ਖਿਆਲ ਨਾਲ ਨੈਟਵਰਕ ਪ੍ਰੋਬਲਮ ਹੈ ਸਰ, ਕੁਝ ਕੁਇਕਲੀ ਤੁਸੀਂ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸ਼ੋ ਨੂੰ ਅੱਗੇ ਵਧਾਈਏ, ਸਮਾਂ ਪੂਰਾ ਹੋ ਚੁੱਕਾ ਹੈ, ਹਾਂਜੀ ਛੋਟਾ ਜਿਹਾ ਕੋਈ ਕੁਇਕਲੀ ਮੈਸੇਜ ਦੇਣਾ ਚਾਹੋਗੇ? ਸੀ, ਮੈਂ ਸਾਰੇ ਸਟੂਡੈਂਟਸ ਨੂੰ ਇਹੀ ਐਡਵਾਈਸ ਕਰਨਾ ਚਾਹਾਂਗਾ, ਚਾਹੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਯੂਕੇ ਜਾਣਾ ਚਾਹੁੰਦੇ ਹੋ, ਜਰਮਨੀ ਜਾਣਾ ਚਾਹੁੰਦੇ ਹੋ, ਤੁਸੀਂ ਆਪਣੀ ਪ੍ਰੋਫਾਈਲ ਅਸੈਸ ਕਰਾਓ। ਕੈਨੇਡਾ ਜ਼ਰੂਰ VFS ਹੱਲੇ ਬੰਦ ਹੈਗੇ ਆ, ਬਟ ਤੁਸੀਂ ਆਪਣੀਆਂ ਫਾਈਲਾਂ ਆਨਲਾਈਨ ਲੌਜ ਕਰ ਸਕਦੇ ਹੋ। ਤੁਸੀਂ ਜਨਵਰੀ 2021, ਮਈ 2021 ਦੀ ਆਫਰ ਲੈਟਰ ਮੰਗਾ ਸਕਦੇ ਹੋ। ਔਰ ਜਦੋਂ ਸਭ ਕੁਝ ਨਾਰਮਲ ਹੋ ਗਿਆ, ਇੰਨਾ ਕੁ ਰਸ਼ ਹੋ ਜਾਣਾ ਕੈਨੇਡਾ ਸਟੱਡੀ ਵੀਜ਼ਾ ਲਈ ਕਿ ਤੁਸੀਂ ਆਫਰ ਲੈਟਰ ਆਉਣ ਨੂੰ ਵੀ 2-2 ਮਹੀਨੇ ਲੱਗਣੇ। ਔਰ ਜੇ ਤੁਸੀਂ ਯੂਕੇ ਔਰ ਜਰਮਨੀ ਜਾਣਾ ਚਾਹੁੰਦੇ ਹੋ, ਬਹੁਤ ਅੱਛੀਆਂ ਡੈਸਟੀਨੇਸ਼ਨਸ ਹੈ ਕੈਨੇਡਾ ਤੋਂ ਬਾਅਦ ਜਿਨ੍ਹਾਂ ਦੇ VFS ਖੁੱਲ ਗਏ ਆ, ਔਰ ਜਿੱਦਣ ਫਲਾਈਟਸ ਚੱਲੀਆਂ ਇਹਨਾਂ ਦੇ ਬਾਰਡਰ ਵੀ ਸਭ ਤੋਂ ਪਹਿਲਾਂ ਖੁੱਲਣੇ ਆ। ਸੋ ਤੁਸੀਂ ਯੂਕੇ ਔਰ ਜਰਮਨੀ ਲਈ ਵੀ ਆਪਣਾ ਸਟੂਡੈਂਟ ਵੀਜ਼ਾ ਬਿਲਕੁਲ ਅਪਲਾਈ ਕਰ ਸਕਦੇ ਹੋ। ਠੀਕ ਹੈ ਸਰ, ਥੈਂਕ ਯੂ ਸੋ ਮਚ ਸਰ ਸਾਡੇ ਸ਼ੋਅ ਦੇ ਵਿੱਚ ਆਉਣ ਲਈ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਤੁਸੀਂ ਦੇਖਿਆ ਅੱਜ ਅਸੀਂ ਗੱਲ ਕੀਤੀ ਸੀਗੀ ਲੇਟੈਸਟ ਅਪਡੇਟਸ, ਰਿਜੈਕਸ਼ਨਸ, ਗੈਪਸ ਦੀ ਗੱਲ ਕੀਤੀ ਸੀ, ਆਨਲਾਈਨ ਆਇਲਸ ਟ੍ਰੇਨਿੰਗ ਬਾਰੇ ਸਰ ਨੇ ਸਾਨੂੰ ਦੱਸਿਆ, ਡਿਊਲਿੰਗੋ ਟੈਸਟ ਬਾਰੇ ਦੱਸਿਆ। ਇਹ ਸਾਰੀ ਇਨਫੋਰਮੇਸ਼ਨ ਆਈ ਹੋਪ ਤੁਸੀਂ ਨੋਟ ਕਰ ਲਈ ਹੋਏਗੀ ਐਂਡ ਤੁਹਾਡੇ ਲਈ ਬਹੁਤ ਬੈਨੀਫਿਸ਼ੀਅਲ ਸਾਬਿਤ ਹੋਏਗੀ। ਕੱਲ੍ਹ ਹੋਰ ਸਵਾਲ ਜਵਾਬ ਲੈ ਕੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ। ਜੇ ਤੁਹਾਡੇ ਮਨ 'ਚ ਕੋਈ ਵੀ ਕੁਐਰੀ ਹੈ, ਕੁਐਸਚਨ ਹੈ, ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸਰਸ, ਤੁਸੀਂ ਡਾਇਰੈਕਟਲੀ ਜਾ ਕੇ ਵਿਜ਼ਿਟ ਕਰ ਸਕਦੇ ਹੋ, ਜਾਂ ਜਿਹੜੇ ਸਕਰੀਨ 'ਤੇ ਨੰਬਰ ਫਲੈਸ਼ ਹੋ ਰਹੇ ਨੇ ਉਹਨਾਂ ਤੁਸੀਂ ਕਾਲ ਵੀ ਕਰ ਸਕਦੇ ਹੋ। ਹੁਣ ਮੈਨੂੰ ਆਪਣੀ ਹੋਸਟ ਪ੍ਰਭਸਿਮਰਨ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।